ਇਦਾਂ ਸਿੱਖਾਂ ਦੀ ਸੇਵਾ ਕਰੋ। ਹਾਂਜੀ ਭਾਈ ਸੁਰਜੀਤ ਸਿੰਘ ਵਾਸਤੇ ਸਵਾਲ ਆ, ਕਿਸੇ ਮਾੜੇ ਬੰਦੇ ਨੂੰ ਮਾਫ ਕਿੱਦਾਂ ਕਰ ਸਕਦੇ ਹਾਂ ਆਪਾਂ, ਜਿਹਨਾਂ ਤੁਹਾਡੇ ਨਾਲ ਕੁਛ ਕੀਤਾ ਹੋਵੇ ਜਾਂ ਕੋਈ ਪਾਪੀ ਹੋਵੇ, ਜਾਂ ਕਿੱਦਾਂ ਮਾਫ ਕਰ ਸਕਦੇ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪਹਿਲਾਂ ਤਾਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ, ਜੇ ਆਪਾਂ ਉੱਥੋਂ ਖਾ ਕੇ ਆਏ ਹਾਂ ਤਾਂ ਇੱਥੇ ਆ ਕੇ ਤੁਹਾਨੂੰ ਫਿਰ ਭੁੱਖ ਲੱਗ ਗਈ? ਕਿੰਨੇ ਕੁ ਜਨਮਾਂ ਦੇ ਭੁੱਖੇ ਹੋ ਤੁਸੀਂ? ਸਾਨੂੰ ਤਾਂ ਕੋਈ ਪੁੱਛਦਾ ਨਹੀਂ ਹੈ, ਬੰਦੇ ਜਾਣੇ ਬੇਟੇ ਕਿਸੇ ਨੇ। ਕਦੀ ਇਹਨੂੰ ਸੁੱਚਾ ਵੀ ਰੱਖ ਲਿਆ ਕਰੋ ਮੂੰਹ ਨੂੰ। ਨਾਨਕ ਨਾਮ ਖੁਦਾਏ ਕਾ ਦਿਲ ਹੱਛੇ ਮੁਖਲੇ, ਮੂੰਹ ਵੀ ਸਾਫ਼ ਹੋਣਾ ਚਾਹੀਦਾ, ਪਵਿੱਤਰ ਰੱਖਣਾ ਇਹਨੂੰ, ਕਿਉਂਕਿ ਇਹਨੂੰ ਹਰ ਵੇਲੇ ਇਹਨੂੰ ਜੂਠਾ ਖਵਾਈ ਜਾਣਾ ਖਵਾਈ ਜਾਣਾ। ਕੱਲ ਵੀ ਮੈਂ ਕਿਹਾ ਸੀ ਵੀ ਇਹ ਕਿਹੜੀ ਪਾਣੀਪਤ ਦੀ ਲੜਾਈ ਲੜ ਕੇ ਆਏ ਨੇ, ਵੀ ਇਹਨਾਂ ਨੂੰ ਇੱਥੇ ਪਾਣੀ ਦੀ ਲੋੜ ਪੈ ਗਈ। ਆਪਾਂ ਥੋੜ੍ਹਾ ਜਿਹਾ ਕੋਈ ਡਿਸਿਪਲਿਨ ਸਿੱਖੀਏ, ਹੈ ਨਾ। ਆਪਾਂ ਬੜੀ ਸੀਰੀਅਸ ਗੁਰਮਤ ਦੀ ਗੱਲ ਕਰ ਰਹੇ ਹਾਂ ਆਪਾਂ ਇੱਥੇ, ਜੇ ਆਪਾਂ ਖਾਣਾ ਹੀ ਹੈ ਪਹਿਲਾਂ ਖਾ ਹੀ ਲਈਏ, ਪੰਜ ਮਿੰਟ ਖਾ ਲਓ, ਪਹਿਲਾਂ ਖਾ ਲਓ, ਫਟਾਫਟ ਖਾ ਲਓ, ਫਿਰ ਆਪਾਂ ਗੱਲ ਕਰਦੇ ਹਾਂ। ਹੁਣ ਕਰਦਾ ਕੀ ਸੀ ਮੇਰਾ ਸਵਾਲ? ਮਾਫ ਕਰ ਦੀ, ਇਹੀ ਮੇਰਾ ਸਵਾਲ ਸੀ। ਮਾਫ ਕਰਨ ਵਾਲੇ ਅਸੀਂ ਕੌਣ ਆ? ਸਾਡੇ ਕੋਲ ਕਿੱਥੇ ਮਾਫ ਕਰਨ ਦੀ ਤਾਕਤ? ਜਿੱਥੇ ਖਿਮਾ ਆ ਉੱਥੇ ਪਰਮੇਸ਼ਰ ਆਪ ਹੈ, ਜਹਾਂ ਖਿਮਾ ਤੈ ਆਪ। ਜਿਹੜਾ ਖਿਮਾ ਕਰ ਦਿੰਦਾ ਉਹ ਸਭ ਤੋਂ ਵੱਡਾ ਹੈ। ਜਿਹਨੇ ਮਾਫ਼ੀ ਮੰਗੀ ਉਹਨੂੰ ਮਾਫ਼ ਕੀਤਾ ਤੇ ਕੀ ਕੀਤਾ? ਆਪਣੇ ਆਪ ਹੀ। ਇਹ ਜਿਹਦੇ ਕੋਲ ਗੁਣ ਆ ਗਿਆ ਪਰਮੇਸ਼ਰ ਬਣ ਗਿਆ, ਬੜਾ ਵੱਡਾ ਗੁਣ ਆ। ਤੋ ਇਹ ਤਾਂ ਹੀ ਹੋਣਾ, ਜੇ ਤੁਸੀਂ ਦੂਜਿਆਂ ਨੂੰ ਪਾਪੀ ਸਮਝਦੇ ਹੋ ਕਦੇ ਵੀ ਨਹੀਂ ਤੁਸੀਂ ਹੋਣਾ। ਸਭ ਤੋਂ ਪਹਿਲਾਂ ਹੋਣਾ ਮੈਂ ਹੀ ਪਾਪੀ ਹਾਂ, ਹੋਰ ਸਾਰੇ ਹੀ ਮੇਰੇ ਨਾਲੋਂ ਚੰਗੇ ਨੇ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਮੈਂ ਹੀ ਪਾਪੀ ਹਾਂ ਅਤੇ ਮਾਫ਼ ਕਿੰਨੇ ਕਰਨਾ? ਪਾਪੀ ਥੋੜ੍ਹਾ ਦੂਜੇ ਨੂੰ ਮਾਫ਼ ਕਰ ਸਕਦੇ, ਤੋ ਦੂਜੇ ਨੂੰ ਚੰਗਾ ਸਮਝੋਗੇ ਤੇ ਆਪਣੇ ਆਪ ਹੀ ਇਹ ਨਿਮਰਤਾ ਆਪਣੇ ਆਪ ਹੀ ਤੁਹਾਡੇ ਵਿੱਚ ਗੁਣ ਆ ਜਾਏਗਾ। ਤੂੰ ਸਾਰਿਆਂ ਦਾ ਭਲਾ ਮੰਗਣਾ, ਗੁੱਸਾ ਨਹੀਂ ਕਰਨਾ। ਬਾਬਾ ਕਬੀਰ ਕਹਿੰਦੇ ਗੁੱਸਾ ਹੀ ਛੱਡ ਦੇ, ਸਭ ਕੁਛ ਪੱਲੇ ਪਾਏ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ, ਸਭ ਕੁਛ ਪੱਲੇ। ਕਿੰਨਾ ਸਮੁੰਦਰ ਭਰਿਆ, ਕਿੰਨਾ ਪਦਾਰਥ ਭਰਿਆ ਸਲੋਕ 'ਚ। ਆਪਾਂ ਸਾਰੀ ਗੁਰਬਾਣੀ ਨੂੰ ਆਪਣੇ ਜੀਵਨ 'ਚ ਲਿਆਉਣਾ ਵਾ, ਵਰਤਣਾ ਵਾ। ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਆ, ਮੈਨੂੰ ਨੀਵਾਂ ਕਰ ਦੇ, ਉਹ ਸਭਨਾ ਕੀ ਪਵੋ ਚਰਨਾ ਤਲ, ਉੱਪਰ ਆਵੋ ਐਸੀ ਸੇਵ ਕਮਾਓ, ਆਪਸ ਤੇ ਉੱਪਰ ਸਭ ਜਾਣੋ ਤਾਂ ਦਰਗਾਹ ਸੁੱਖ ਪਾਓ। ਆਪਣੇ ਨਾਲੋਂ ਸਾਰਿਆਂ ਨੂੰ ਚੰਗਾ ਸਮਝਣਾ, ਮਾਫ਼ ਕਰਨ ਦੀ ਲੋੜ ਹੀ ਨਹੀਂ ਪੈਣੀ, ਨੌਬਤ ਹੀ ਨਹੀਂ ਆਉਣੀ ਮਾਫ਼ ਕਰਨੀ।